ਕਾਚ ਗਾਲੀ ਕਿਦਾਂ ਹਾਲੇ ਚਾਲੇ ਜੀ ਠੀਕ ਠਾਕ ਹਾਂ ਜੀ ਗੁੱਡ ਆਫਟਰਨੂਨ ਗੁੱਡ ਮਾਰਨਿੰਗ ਗੁੱਡ ਨਾਈਟ ਜਿਹੜੇ ਜਿਹੜੇ ਜਿੱਥੇ ਜਿੱਥੇ ਬੈਠੇ ਨੇ ਕਿਉਂਕਿ ਹੁਣ ਬੈਠਿਆਂ ਦਾ ਵੈਸੇ ਵੀ ਟਾਈਮ 흘 ਲ ਗਿਆ ਇੰਡੀਆ ਵਾਲੇ ਵੀ ਕਈ 3 ਵਜੇ ਉੱਠਦੇ ਆ ਕੋਈ 2 ਵਜੇ ਉੱਠਦੇ ਆ ਕਈ ਸਾਰੀ ਰਾਤ ਜਾਗਦੇ ਆ ਕਿਤੇ ਕੁਛ ਹੁੰਦਾ ਕਿਤੇ ਕੁਛ ਹੁੰਦਾ ਡੋਂ ਮਰੀ ਬਾਬਾ ਮਿਹਰ ਕਰੂ ਚੱਕ ਦਿਆਂਗੇ ਫੱਟੇ ਹੌਸਲਾ ਨਹੀਂ ਹਾਰਨਾ ਜੰਗ ਲੜ ਰਹੇ ਆ ਘਰੇ ਬੈਠ ਕੇ ਡਟ ਕੇ ਲੜਾਂਗੇ ਹੋਰ ਕਿਦਾਂ ਹਾਲੇ ਚਾਲੇ ਜੀ ਕੀ ਨਵੀਆਂ ਤਾਜ਼ੀਆਂ ਨੇ ਇੱਕ ਖਾਸ ਅਪਡੇਟਾਂ ਨੇ ਅ ਕੱਲ ਪਰਸੋਂ ਅ ਕੱਲ ਪਾਈ ਸੀ ਬੀਟ ਇੱਕ ਗਾਣੇ ਦੇ ਲਈ ਤੇ ਉਸ ਬੀਟ ਦੇ ਉੱਤੇ ਕਾਫੀ ਵੀਡੀਓ ਸਾਡੇ ਕੋਲੇ ਆ ਗਈਆਂ ਨੇ ਤੇ ਮੈਂ ਕਿਹਾ ਸੀ ਜਿਹੜੇ ਨਵੇਂ ਲਾਈਵ ਜੁੜ ਰਹੇ ਨੇ ਸ਼ਾਇਦ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਦੱਸ ਦਈਏ ਵੀ ਅ ਅਸੀਂ ਇੱਕ ਗਾਣਾ ਸ਼ੂਟ ਕਰ ਰਹੇ ਹਾਂ ਜਿਵੇਂ ਪਿਛਲੇ ਗਾਣੇ ਦੇ ਵਿੱਚ ਸਾਰੇ ਆਰਟਿਸਟ ਫੀਚਰ ਕੀਤੇ ਸੀ ਨਾਚ ਨੱਚ ਦੇ ਵਿੱਚ ਉਸ ਗਾਣੇ ਦੇ ਵਿੱਚ ਸਾਰੇ ਜਿਹੜੇ ਫੈਨਸ ਨੇ ਜਾਂ ਜਿਹੜੇ ਆਮ ਜਿਹੜੇ ਲੋਕ ਜਿੰਨਾ ਚ ਟੈਲੈਂਟ ਆ ਜਿਹੜੇ ਆਉਣਾ ਚਾਹੁੰਦੇ ਆ ਵੀਡੀਓ ਚ ਜਿਨ੍ਹਾਂ ਚ ਕੋਈ ਨਹੀਂ ਵੀ ਟੈਲੈਂਟ ਬਟ ਚਾਹੁੰਦੇ ਆ ਕਿ ਅਸੀਂ ਕੁਝ ਕਰੀਏ ਅਸੀਂ ਵੀ ਆਈਏ ਵੀਡੀਓ ਦੇ ਵਿੱਚ ਸਾਰਿਆਂ ਦੇ ਸ਼ਾਰਟ ਅਸੀਂ ਕੋਸ਼ਿਸ਼ ਕਰਾਂਗੇ ਸ਼ੂਟ ਕਰੀਏ ਬਟ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਹੌਰੀਜ਼ੋਂਟਲ ਲੈਂਡਸਕੇਪ ਟਾਈਪ ਕੈਮ ਮੋਬਾਈਲ ਨੂੰ ਇਦਾਂ ਫੜ ਕੇ ਕੋਸ਼ਿਸ਼ ਕਰੋ ਜਿੰਨਾ ਬੈਟਰ ਟੂ ਬੈਟਰ ਕੁਆਲਿਟੀ ਦਾ ਸਾਨੂੰ ਭੇਜ ਸਕੋ ਟਿਕਟੋਕ ਵਾਲੇ ਵੀਡੀਓ ਦਾ ਕੋਈ ਫਾਇਦਾ ਨਹੀਂ ਹੈ ਸਾਨੂੰ ਕਿਉਂਕਿ ਜਿਹੜੇ ਟਿਕਟੋਕ ਵਾਲੇ ਵੀਡੀਓ ਨੇ ਇੱਕ ਤਾਂ ਉਹ ਬਣੇ ਇਦਾਂ ਹੁੰਦੇ ਨੇ ਵਰਟੀਕਲ ਵਰਟੀਕਲ ਹਨਾ ਔਰ ਦੂਸਰਾ ਹੈ ਵੀ ਤੁਸੀਂ ਉੱਥੋਂ ਲਾ ਕੇ ਲੈ ਕੇ ਆਉਨੇ ਉਹਦੀ ਕਲਬ ਉਹਦੀ ਜਿਹੜੀ ਕੁਆਲਿਟੀ ਆ ਉਹ ਬਿਲਕੁਲ ਡੈਡ ਹੋ ਜਾਂਦੀ ਹੈ ਹਨਾ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਫਿਰ ਵੀ 100 ਸੌਆਂ ਦੇ ਵਿੱਚ ਈਮੇਲ ਸਾਨੂੰ ਤੁਸੀਂ ਟਿਕਟੋਕ ਵਾਲੇ ਵੀਡੀਓ ਨਹੀਂ ਭੇਜ ਦਿੱਤੀਆਂ ਹਨਾ ਉਹਦੇ ਤੇ ਬਣਾ ਕੇ ਪਲੀਜ਼ ਉਹ ਨਾ ਬਣਾਓ ਉਹਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਇੰਨੀਆਂ ਈਮੇਲਾਂ ਅਸੀਂ ਚੈੱਕ ਕਰ ਰਹੇ ਹਾਂ ਕਿਤੇ ਕੋਈ ਬਾਇਜੈਂਸ ਈਮੇਲ ਰਹਿ ਜਵੇ ਜਿਹਦੀ ਜਿਹਦਾ ਵਿਚਾਰਦਾ ਸਹੀ ਵੀ ਬਣਿਆ ਹੋਵੇ ਉਹਨਾਂ ਦੇ ਚੱਕਰ 'ਚ ਉਹਨਾਂ ਦਾ ਵੀ ਰਹਿ ਜੂਵੇ ਹਨਾ ਸੋ ਐਦਾਂ ਨਾ ਕਰੋ ਤੇ ਆ ਥੈਂਕ ਯੂ ਜੀ ਥੈਂਕ ਯੂ ਟੂ ਥੈਂਕ ਯੂ ਸੋ ਮਚ ਜੀ ਨਿੰਪਲ ਜੀ ਤੁਸੀਂ ਵੀਡੀਓ ਦੇਖੀ ਥੈਂਕ ਯੂ ਸੋ ਮਚ ਕਿਪੀਸਰ ਆਪਕੋ ਇਨਬਾਕਸ ਕੀਤਾ ਆਈ ਹੈਵ ਸਟੋਰੀ ਫॉर ਯੂ ਬ੍ਰਦਰ ਮੈਂ ਇਨਬਾਕਸ ਤੇ ਮੇਰੇ ਕੋਲ ਇੰਨੇ ਜਿਆਦਾ ਇਨਬਾਕਸ ਨਹੀਂ ਆਉਂਦੇ ਹੈਗੇ ਔਰ ਕੋਈ ਵੀ ਸਟੋਰੀ ਹੋਗੀ ਜਦੋਂ ਆਫਿਸ ਆਪਣੇ ਖੁੱਲ ਜਾਣਗੇ ਸਾਰਾ ਕੁਝ ਮਸਲਾ ਠੀਕ ਹੋ ਜਾਊਗਾ ਉਸ ਟਾਈਮ ਤੁਸੀਂ ਆਫਿਸ ਆ ਕੇ ਉੱਥੇ ਸੁਣਾਇਓ ਹਨਾ ਐਦਾਂ ਤਾਂ ਕੋ ਗੱਲ ਨਹੀਂ ਬਣਨੀ ਹੋਰ ਕੀ ਨਵੀਆਂ ਤਰ੍ਹਾਂ ਚੱਲ ਰਹੀਆਂ ਜੀ ਤੁਸੀਂ ਵੀਡੀਓ ਬਣਾ ਸਕਦੇ ਹੋ ਆਪਣੇ ਕੋਠੇ ਤੇ ਚੜ ਕੇ ਬਣਾਸਦੇ ਹੋ ਛੱਤ ਤੇ ਸਭ ਤੋਂ ਬੈਸਟ ਤਰੀਕਾ ਅਸੀਂ ਵੀ ਇਸ ਵਾਰ ਛੱਤ ਤੇ ਆਏ ਆ ਸਾਹਮਣੇ ਪਾਨਾ ਜੀ ਖੜੇ ਆ ਪਾਨਾ ਜੀ ਕਿਦਾਂ ਹਾਲ ਚਾਲ ਪਾਨਾ ਜੀ ਵੀ ਅੱਜ ਕਾਲੇ ਕੋਲੇ ਕੱਪੜੇ ਪਾ ਕੇ ਤੁਰੇ ਫਿਰਦੇ ਨੇ ਮੈਨੂੰ ਲੋਕਾਂ ਦੀ ਡਿਮਾਂਡ ਹੈ ਕਿ ਪਾਨਾ ਜੀ ਤੁਸੀਂ ਵੀਡੀਓ 'ਚ ਕਿਉਂ ਨਹੀਂ ਆਉਂਦੇ ਆਏ ਹਾਏ ਪਾਨਾ ਜੀ ਵੀ ਅੱਜ ਵੀਡੀਓ 'ਚ ਆਉਣ ਦੇ ਲਈ ਤਿਆਰ ਹਨ ਪਾਨੇ ਦਾ ਵੀਡੀਓ ਡਾਇਰੈਕਟਰ ਇਧਰਲੇ ਪਾਸੇ ਖੜਾ ਹੈ ਹੈਲੋ ਬੋਲੀ ਜੀ ਹੈਲੋ ਜੀ ਹੈਲੋ ਆਓ ਜੀ ਤੁਸੀਂ ਪਾਨੇ ਦਾ ਵੀਡੀਓ ਸ਼ੂਟ ਕਰਨਾ ਤੱਤਾ ਇਹਨਾਂ ਦਾ ਦੇਖੋ ਸਾਡਾ ਡੀਆਈ ਤੇ ਪਹੁੰਚਾ ਹੈਗਾ ਓਏ ਹੋਏ ਮੈਂ ਭੇਜਿਆ ਬੰਬੇ ਹੁਣੇ ਹੁਣੇ ਓਏ ਹੋਏ ਤੇ ਜਿੱਥੇ ਸ਼ਾਹਰੂਖ ਖਾਨ ਦੀ ਜ਼ੀਰੋ ਫਿਲਮ ਹੋਈ ਸੀ ਉੱਥੇ ਪੰਨ ਨਹੀਂ ਛੋਟਾ ਕਰਨਾ ਉਹਨੇ ਜਵਾਬ ਦਿੱਤਾ ਉਹ ਕਹਿੰਦੇ ਵੀ ਆਪੇ ਕਰੋ ਤੁਸੀਂ ਅੱਛਾ ਉਹ ਵੀ ਆਪੇ ਕਰਾਂਗੇ ਬੋਲੀ ਬੇਤੀ ਕਰਿਆ ਕਿ ਨਹੀਂ ਨਹੀਂ ਆਪਾਂ ਮਤਲਬ ਵੀ ਉੱਥਾਂ ਥੋੜਾ ਜਿਹਾ ਸੈੱਟ ਰਹਿਦਾ ਕੰਮ ਹੈ ਥੋੜਾ ਜਿਹਾ ਸੈੱਟ ਰਹਿਦਾ ਵਾ ਸੋ ਲੱਗੇ ਹੋਇਆ ਨਜ਼ਾਰੇਦਾਰ ਤਰੀਕੇ ਦੇ ਨਾਲ ਔਰ ਖਿੱਚ ਰਹੇ ਕੰਮ ਹੋਰ ਪਾਕਿਸਤਾਨ ਵਾਲੇ ਉਹ ਕਿਦਾਂ ਹਾਲਚਾਲ ਠੀਕ ਠਾਕ ਹੋ ਜੀ ਤੁਸੀਂ ਆ ਸ্যালੂਟ ਕਿਪੀ ਭਾਈ थैंक यू जीरे थैंक यू सो मच ਆ ਕਿਵੇਂ ਲੰਘ ਰਿਹਾ ਸਮਾਂ ਗਾਣਾ ਠੀਕ ਲੱਗਿਆ ਤੁਹਾਨੂੰ ਅਸੀਂ ਨੱਚਣਾ ਚ ਗਾਣਾ ਬਣਾਇਆ ਸੀਗਾ ਸਾਰਿਆਂ ਨੂੰ ਲੈ ਕੇ ਸਾਰੇ ਆਰਟਿਸਟਾਂ ਦਾ ਬਹੁਤ ਬਹੁਤ थैंक यू ਸੋ much ਹਾਂ ਹਾਂ ਨਾ ਕਲਿੱਪ ਭੇਜਿਆ ਜ਼ੀਰੋ ਵਾਲਿਆਂ ਦੇ ਹਾਂ ਜ਼ੀਰੋ ਹੀ ਸੀ ਲੋਕਾਂ ਦੇ ਤਾਂ ਜ਼ੀਰੋ ਹੈ ਦਾ ਕੁਝ ਨਹੀਂ ਬੋਲੀ ਬੋਲੀ ਨੇ ਇਹ ਗੱਲ ਅਪਡੇਟ ਕੀਤੀ ਆ ਉਹ ਕਹਿੰਦਾ ਵੀ ਜਿੱਥੇ ਸ਼ਾਹਰੁਖ ਖਾਂ ਦੀ ਜ਼ੀਰੋ ਫਿਲਮ ਐ ਉਹ ਉਹ ਡੀਆਈ ਹੋਈ ਸੀ ਐਡਿਟ ਹੋਈ ਸੀ ਅਸੀਂ ਭਾਨੇ ਦਾ ਕਲਿੱਪ ਸ਼ੂਟ ਕਰਕੇ ਉੱਥੇ ਭੇਜਿਆ ਉਹ ਕਹਿੰਦੇ ਇਹਦਾ ਕੱਖ ਨਹੀਂ ਹੋ ਸਕਦਾ ਇਹ ਜ਼ੀਰੋ ਐ ਉਹ ਕਹਿੰਦੇ ਕੋਈ ਕਰਨੀ ਭਾਈ ਪਰ ਸ਼ਾਟ ਭਾਈ ਦੇਖੋ ਤੁਸੀਂ ਬੰਬ ਅੱਛਾ ਜੀ ਆ ਮੰਜੇ ਵਸਰੇ 3 ਚ ਕੋਲੈਬ੍ਰੇਸ਼ਨ ਬੀਨੂ ਨੂੰ ਵੀ ਲੈ ਲਓ ਤੁਸੀਂ ਬੀਨੂ ਨੂੰ ਮੈਸੇਜ ਛੱਡ ਦਿਓ ਵੀਰੇ ਅੱਜ ਤਾਂ ਲੈਣ ਨੂੰ ਤਿਆਰ ਹੈ ਹੈ ਕੀ ਕਹਿੰਦੇ ਕਹਿੰਦੇ ਮੰਜੇ ਵਸਰੇ 3 ਚ ਬੀਨੂ ਨੂੰ ਵੀ ਲਓ ਮੈਂਗਾ ਇਹ ਤਾਂ ਤਿਆਰ ਆ ਬੀਨੂ ਨੂੰ ਪੁੱਛ ਲੋ ਤੁਸੀਂ ਬੀਨੂ ਨੂੰ ਮਨਾਓ ਕਰਾਂ ਬੀਨੂ ਬਾਈ ਨੂੰ ਕਹੋ ਮੜ ਜਾ ਕਿ ਵੀ ਮੰਜੇ ਵਾਸਤੇ 3 ਬਹੁਤ ਘੈਂਟ ਬਣ ਰਹੀ ਹੈ ਤੇ ਮੇਰਾ ਵੀਰ ਬਣ ਕੇ ਕਰ ਦੇ ਔਰ ਪੈਸੇ ਘੱਟ ਲਈ ਹੱਸੇ ਕਰੋ ਨਾਚ ਨਾਚ Song ਕਹਿੰਦੇ ਕਮਾਲ ਥੈਂਕ ਯੂ ਜੀ ਨਾਚ ਨਾਚ ਦੀਆਂ ਸਾਨੂੰ ਤੁਹਾਡੀਆਂ ਉਹ ਮਿਲ ਰਹੀਆਂ ਨੇ ਟਿਕਟੋਕਾਂ ਥੈਂਕ ਯੂ so much ਸੋ ਇੱਕ ਵਾਰੀ ਫੇਰ ਇਹ ਐਦਾਂ ਕਰਕੇ ਜੀ ਵਰਟ ਹਾਰੀਜ਼ਨਟਲ ਲੈਂਡਸਕੇਪ ਮੋਡ ਦੇ ਵਿੱਚ ਤੁਸੀਂ ਵੀਡੀਓ ਸ਼ੂਟ ਕਰਨੀਆਂ ਨੇ ਐਦਾਂ ਆ ਫੇਰ ਪਾਨਾ ਜੀ ਦਿਖਾ ਰਹੇ ਨੇ ਐਦਾਂ ਮੈਂ ਵੀਡੀਓ ਚ ਵੀ ਦਿਖਾਇਆ ਸੀ ਮੋਬਾਈਲ ਐਦਾਂ ਫੜਨਾ ਇੱਕ ਮਿੰਟ ਈਮੇਲ ਆਈ ਮੈਨੂੰ ਮੁੰਡੇ ਨੇ ਦਿਖਾਈ ਉਹਦੇ ਵਿੱਚ ਲਿਖਿਆ ਵੀ ਹੋਇਆ ਕਹਿੰਦੇ ਜੀ ਤੁਸੀਂ ਕਿਹਾ ਸੀ ਵੀ ਹਾਰੀਜ਼ੋਂਟਲ ਤਰੀਕੇ ਨਾਲ ਭੇਜਿਓ ਆਹ ਲੋ ਆਹ ਹਾਰੀਜ਼ੋਂਟਲ ਤਰੀਕੇ ਨਾਲ ਅਸੀਂ ਭੇਜ ਦਿੱਤੀ ਉਹਨਾਂ ਨੇ ਭੇਜਤੀ ਐਦਾਂ ਉਹ ਮੈਂ ਕਹੀ ਤਾਂ ਫੇਰ ਤੁਸੀਂ ਵਰਟੀਕਲ ਭੇਜ ਦਿੱਤੀ ਵੀ ਸਾਈਡ ਤੋਂ ਸਾਈਡ ਐ ਨਾ ਲੈਂਡਸਕੇਪ ਮੋਡ ਦੇ ਉੱਤੇ ਤੁਸੀਂ ਭੇਜੋ ਜਿਵੇਂ ਆਪਾਂ ਟੀਵੀ ਤੇ ਦੇਖਦੇ ਹਾਂ ਚਲਦੀਆਂ ਹੁੰਦੀਆਂ ਵੀਡੀਓ ਐਦਾਂ ਐਦਾਂ ਲੰਮੀਆਂ ਵੀਡੀਓਜ਼ ਨਹੀਂ ਚਲਦੀਆਂ ਟੀਵੀ ਤੇ ਹਨਾ ਤੇ ਹੋਰ ਕਿਦਾਂ ਹਾਲ ਚਾਲ ਜੀ ਸਭ ਠੀਕ ਠਾਕ ਹੋ ਹੁਣ ਗਾਣਾ ਆਉਣਾ ਆਪਣਾ ਮਿਸ ਯੂ ਮਿਸ ਯੂ ਗਾਣਾ ਆਲਮੋਸਟ ਰੈਡੀ ਹੈ ਜੀ ਆਲਮੋਸਟ ਫਾਈਨਲ ਹੈ ਉਹ ਤਾਂ ਹੀ 2 4 5 ਦਿਨਾਂ ਦੇ ਵਿੱਚ ਵਿੱਚ 5 5 ਦਿਨਾਂ ਦੇ ਵਿੱਚ ਵਿੱਚ ਆਪਾਂ ਗਾਣਾ ਕੱਢ ਦੇਣਾ ਵਾ ਠੀਕ ਹੈ ਜੀ ਤੇ 5 ਜਾਂ 6 ਦਿਨਾਂ ਦੇ ਵਿੱਚ ਉਹ ਗਾਣਾ ਤੁਹਾਡੇ ਕੋਲੇ ਆ ਜਾਣਾ ਇੱਕ ਤੁਹਾਡੇ ਕੋਲੇ ਆ ਜਾਣਾ ਇੱਕ ਗਾਣਾ ਅਸੀਂ ਹੋਰ ਰੈਡੀ ਕੀਤਾ ਵਾ ਢੋਲ ਮਿਕਸ ਖਰੇ ਖਰੇ ਜੱਟ ਸੋ ਪਹਿਲਾਂ ਬੜੇ ਲੋਕਾਂ ਨੇ ਕਹੀ ਕਹਿੰਦੇ ਢੋਲ ਤੇ ਗਾਣਾ ਚਾਹੀਦਾ ਭੰਗੜੇ ਭੂੰਗੜੇ ਪਾਉਣ ਦੇ ਲਈ ਸੋ ਉਹ ਗਾਣੇ ਨੂੰ ਅਸੀਂ ਢੋਲ ਦੇ ਉੱਤੇ ਤਿਆਰ ਕੀਤਾ ਢੋਲ ਮੈਕਸ ਵਰਜਨ ਦਾ ਢੋਲ ਵਰਜਨ ਰੈਡੀ ਸਟੈਡੀ ਆ ਤੇ ਆਪਾਂ ਫਟਾਫਟ ਢੋਲ ਮੈਕ ਸਾਈਡਾ ਉਹ ਅਪਡੇਟ ਕਰਨ ਲੱਗੇ ਆ ਅੱਜ ਪੋਸਟਰ ਉਹਦੇ ਵੀ ਆਗੇ ਸ਼ਾਮ ਨੂੰ ਉਹਦਾ ਵੀ ਪੋਸਟਰ ਚੱਕ ਦੇਣਾ ਹਨ ਤੇ ਮਿਸ ਯੂ ਆਇਣਾ ਤੇ ਇੱਕ ਗਾਣਾ ਹੋਰ ਉਹਨੇ ਰਿਲੀਜ਼ ਕਰ ਦਿੱਤਾ ਹੈ ਮਿਸ ਯੂ ਦਾ ਕੀ ਉਹਨੇ ਗਾਣਾ ਹਾਂ ਤੇ ਬਾਵੇ ਦਾ ਗਾਣਾ ਰਣਜੀਤ ਬਾਵੇ ਦਾ ਗਾਣਾ ਹੁਣੇ ਜਾਓ ਤੁਸੀਂ ਹੰਬਲ 뮤직 ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਰੋਣਾ ਪੈ ਗਿਆ ਸੋ ਬਹੁਤ ਹੀ ਵਧੀਆ ਗਾਣਾ ਵਾ ਸੁਰੀਲੀ ਤੇ ਰਣਜੀਤ ਬਾਵਾ ਠੀਕ ਹੈ ਜੀ ਤੇ ਜਾ ਕੇ ਦੇਖੋ ਵੀਡੀਓ ਤੇ ਰਿਲੀਜ਼ ਹੋ ਚੁੱਕਿਆ ਵਾ ਆਈ ਟਿਊਨ ਯਾ ਆਈ ਟਿਊਨ ਸਭ ਜਗ੍ਹਾ ਦੇ ਉੱਤੇ ਟਿਕਟੌਕ ਦੇ ਉੱਤੇ ਉਹ ਵੀ ਆ ਗਿਆ ਉਹਦੀਆਂ ਰਿੰਗ ਰੰਗ ਟੋਲਾਈਆਂ ਉਹ ਤੁਸੀਂ ਟਿਕਟੌਕ ਬਣਾ ਸਕਦੇ ਹੋ ਸਭ ਕੁਝ ਕਰ ਸਕਦੇ ਹੋ ਇੱਕ ਖਤਰਨਾਕ ਟਿਕਟੌਕ ਮੈਂ ਹੁਣੇ-ਹੁਣੇ ਅਪਲੋਡ ਕੀਤੀ ਆ ਤੇ ਫੀਚਰਿੰਗ ਭਾਨਾ ਲੇ ਤੇ ਉਹਦੇ ਉੱਤੇ ਬੜੀ ਵਧੀਆ ਵਾ ਤੁਸੀਂ ਜਾਓ ਪਾਜੀ ਸੈਟ ਕੰਮ ਮੈਂ ਤਾਂ ਰੈਡੀ ਆ ਤੁਸੀਂ ਲਾਓ ਆਉ ਦਾ ਤਮ-ਜਮ ਮੈਂ ਤਾਂ ਆਉਂਦੇ ਨਹੀਂ ਚੱਕ ਦਣਾਗਾ ਹੁਣ ਅਸੀਂ ਪਾਰਟ ਸ਼ੂਟ ਕਰ ਰਹੇ ਆ ਉਸ ਗਾਣੇ ਦਾ ਜਿਹੜਾ ਗਾਣਾ ਆਪਾਂ ਤੁਹਾਡੇ ਨਾਲ ਫੀਚਰ ਕਰਨਾ ਵਾ ਜਿਹਦੇ ਤੁਹਾਡੇ ਸਾਰਿਆਂ ਦੇ ਵੀਡੀਓ ਪਾਣੇ ਨੇ ਮੈਂ ਫੇਰ ਇਹੀ ਗੱਲ ਕਹਿਣਾ ਦੇਖੋ ਵੀਡੀਓ ਸਾਰਿਆਂ ਦੇ ਉਸ ਬੰਦਿਆਂ ਦੇ ਵੀਡੀਓ ਪਾਣੇ ਆ ਅਪਰੋਕਸੀਮੇਟਲੀ ਇਹ ਸਾਡਾ ਟਾਰਗੇਟ ਆ ਕਿ ਅਸੀਂ 25-30 ਜਾਣੇ ਡੈਫੀਨੇਟਲੀ ਮਿਨੀਮਮ ਤੋਂ ਮਿਨੀਮਮ 25-30 ਜਾਣੇ ਫੀਚਰ ਕਰੀਏ ਈਮੇਲਸ ਤਾਂ ਬਹੁਤ ਨੇ ਪਰ ਆਿਆਂ ਵੀ ਉਹਦੇ ਚੋ ਬੈਸਟ-ਬੈਸਟ ਸ਼ਾਰਟਸ ਛਾਂਟ ਕੇ ਕੀਤੇ ਜਾਣੇ ਨੇ ਕਈ ਲੋਕ ਵਿਚਾਰੇ ਭੇਜ ਵੀ ਰਹੇ ਨੇ ਮੈਨੂੰ ਉਹਨਾਂ ਦਾ ਥੋੜਾ ਜਿਹਾ ਲੱਗ ਰਿਹਾ ਵੀ ਐਫਰਟ ਵੀ ਤੁਸੀਂ ਕਰ ਰਹੇ ਹੋ ਨਾਚ ਵੀ ਵਧੀਆ ਰਹੇ ਹੋ ਪਰ ਤੁਸੀਂ ਬਾਹਲਾ ਹੀ ਕਦੇ ਇਦਾਂ ਸ਼ੂਟ ਕਰਕੇ ਆਏ ਲੰਬੇ ਲੋਟ ਭੇਜ ਦਿੰਨੇ ਹੋ ਕਈ ਵਾਰੀ ਉਹੀ ਕੈਮਰਾ ਥੱਲੇ ਰੱਖ ਕੇ ਭੇਜ ਦਿੰਨੇ ਹੋ ਸ਼ਕਲ ਨਹੀਂ ਦਿਖਦੀ ਕਿਤੇ ਕੁਝ ਨਹੀਂ ਥੋੜਾ ਬੈਸਟ ਵਧੀਆ ਤਰੀਕੇ ਨਾਲ ਛੱਤ ਤੇ ਚੜ੍ਹ ਕੇ ਕੁਝ ਹੋਰ ਪੰਗੜੇ ਵਾਲੇ ਭੇਜ ਸਕਦੇ ਹੋ ਔਰ ਪਲੀਜ਼ ਸਾਨੂੰ ਵੈਪਨ ਯੂਜ਼ ਕਰਕੇ ਨਾ ਭੇਜੋ ਹਨਾ ਕਈਆਂ ਨੇ 12 12 ਅੰਦ ਨਾਲੀਆਂ ਗੰਨਾ ਫੜੀਆਂ ਹੋਈਆਂ ਉਹ ਨਾ ਸ਼ੂਟ ਕਰਕੇ ਭੇਜੋ ਨਾਰਮਲ ਤਰੀਕੇ ਚ ਸਾਨੂੰ ਸਾਰੇ ਭੇਜੋ ਹਨਾ ਤੇ ਅਸੀਂ ਉਹ ਚੱਕਦਨੇ ਆ ਫਟੇ ਉਹ ਗਾਣਾ ਜਲਦੀ ਉਹ ਵੀ ਉਹਦਾ ਅਪਡੇਟ ਦੇਵਾਂਗੇ ਸੋ ਫਿਲਹਾਲ ਜਦ ਤੱਕ ਤੁਸੀਂ ਇੰਜੋਏ ਕਰਿਓ ਗਾਣਾ ਆ ਜਾਣਾ ਮਾ ਮਿਸ ਯੂ ਤੇ ਖਰੇ ਖਰੇ ਜੱਟ ਢੋਲ ਮੈਕਸ ਆ ਜਾਣਾ ਮਾ ਸੋ ਬਹੁਤ ਗਾਣੇ ਮੈਂ ਐਕਚੁਅਲੀ ਪਲਾਨ ਕੀਤਾ ਸੀ ਵੀ ਆ ਚਾਰ ਪੰਜ ਮਹੀਨਿਆਂ ਦੇ ਵਿੱਚ ਆ ਬਹੁਤ ਗਾਣੇ ਰਿਲੀਜ਼ ਕਰਨੇ ਆ ਵਿਦ ਅਪ੍ਰੋਕਸੀਮੇਟਲੀ 10-12 ਗਾਣੇ ਕੱਢਾਂਗੇ ਪਰ ਲਾਕਡਾਊਨ ਹੋ ਗਿਆ ਪਰ ਹਿੰਮਤ ਆਪਾਂ ਹਾਰਨੀ ਨਹੀਂ ਹੈ ਗਾਣੇ ਤੁਹਾਨੂੰ ਕਿਹਾ ਸੀ ਤੇ ਗਾਣੇ ਆਪਾਂ ਕੱਢਾਂਗੇ ਜਿਵੇਂ ਮਰਜ਼ੀ ਗੱਡੀ ਹੈ ਠੀਕ ਹੈ ਜੀ ਰੈਡੀ ਸਟੱਡੀ ਹੋ ਰਹੇ ਨੇ ਗਾਣੇ ਫਟਾਫਟ ਆ ਰਹੇ ਨੇ ਅ ਭਾਜੀ ਥੈਂਕ ਯੂ ਜੀ ਥੈਂਕ ਯੂ ਜੀ ਅ ਗਾਣਾ ਸਾਂਦੋ ਗਾਣਾ ਤਾਂ ਹੁਣ ਤੁਹਾਨੂੰ ਟੀਜ਼ਰ ਹੀ ਭਾਜੀ ਜਿਹੜਾ ਮਿਸ ਯੂ ਗਾਣਾ ਵਾ ਉਹਦਾ ਟੀਜ਼ਰ ਕਦੋਂ ਆਕਾ ਸ਼ਾਮ ਤੇ ਕਰਦੇ ਨੇ ਕੱਲ ਸ਼ਾਮ ਨੂੰ ਰਿਲੀਜ਼ ਆ ਪਰਸੋਂ ਰਿਲੀਜ਼ ਕਰਦੇ ਠੀਕ ਆ ਪਰਸੋਂ ਪੱਕਾ ਰਿਲੀਜ਼ ਟੀਜ਼ਰ ਟੀਜ਼ਰ ਪਰਸੋਂ ਪੱਕਾ ਰਿਲੀਜ਼ ਉਸ ਤੋਂ ਬਾਅਦ ਬਸ ਆਇ ਲੋ ਮੇਰਾ ਪਹਿਲਾ ਪਹਿਲਾ ਮੇਰਾ ਪਹਿਲਾ ਬਲੈਕ ਐਂਡ ਵਾਈਟ ਵੀਡੀਓ ਹੋਮ ਮੇਡ ਹੋਮ ਮੇਡ ਵੀਡੀਓ ਪਰ ਬਹੁਤ ਅੱਛਾ ਕਮਾਲ ਦਾ ਮੈਨੂੰ ਆਪਣੀ ਲੁੱਕ ਬਹੁਤ ਪਸੰਦ ਆ ਉਹਦੇ ਚ ਸੋ ਮਿਲਦੇ ਆ ਜੀ ਹੁਣ ਤੁਸੀਂ ਜਾ ਕੇ ਰਣਜੀਤ ਬਾਵੇ ਵਾਲਾ ਗਾਣਾ ਸੁਣੋ YouTube ਦੇ ਉੱਤੇ ਹੰਬਲ 뮤직 ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਹਲੇ ਤੱਕ ਨਹੀਂ ਕੀਤਾ ਹੈਗਾ ਚੱਕ ਦਿਓ ਫੱਟੇ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਰਿਆਂ ਦੇ ਪਾਜੀ ਬੀਅਰਡ ਕਿਉਂ ਕਟਾਤੀ ਯਾਰ ਮੈਂ ਘਰੇ ਬੈਠਾ ਮਾਂ ਤੇ ਮੈਨੂੰ ਦਾੜੀ ਪ੍ਰੋਪਰ ਆਪ ਬੈਲੈਂਸ ਬੁਲੈਂਸ ਕਰਕੇ ਕੱਟਣੀ ਨਹੀਂ ਆਉਂਦੀ ਹੈਗੀ ਇਸ ਲਈ ਮੈਂ ਸ਼ੇਵ ਕਰ ਲਈ ਬਟ ਹੁਣਾ ਲਾਕਡਾਊਨ ਤੋਂ ਬਾਅਦ ਆਪਾਂ ਰੱਖ ਲੈਣੀ ਆ ਨਾਲ ਦੀ ਨਾਲ ਜੀ ਐਨ ਘੈਂਟ ਜੀਆਂ ਮੁੱਛਾਂ ਘੈਂਟ ਜੀ ਦਾੜੀ ਤੇ ਕਿਉਂਕਿ ਅੱਗੇ ਮੰਜੇ ਬਿਸਤਰੇ ਸ਼ੂਟ ਕਰਨੀਆਂ ਪੱਗ ਬਣ ਕੇ ਆਨ ਪੂਰਾ ਬੈਕ ਟੂ ਕਮ ਚੱਕਮਾ ਦੇਸੀ ਹੋ ਕੇ ਜੀ ਸਤਿ ਸ੍ਰੀ ਅਕਾਲ ਬਾਕੀ ਗੱਲਾਂ ਕਰਦੇ ਆਂ ਫੇਰ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਲਵ ਯੂ ਥੈਂਕ ਯੂ ਮਾਹੌਲ ਦੇਖੋ ਮਾਹੌਲ ਆ ਲੱਗੇ ਹੋਏ ਨੇ ਟੀਮ ਵਾਲੇ ਬੰਦੇ ਵਾਹ ਜੀ ਵਾਹ ਓ ਹੋ 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 ਲੋਕ ਘਰਾਂ ਚ ਬੜੇ ਨੇ ਲਾਕਡਾਊਨ ਲਾਕਡਾਊਨ ਹੋਇਆ ਵਾਹ ਜੀ ਵਾਜੀ ਵਾਰੀ ਵਾਜੀ ਆ ਸਾਡੀਆਂ ਲੋਕੇਸ਼ਨਾਂ ਨੇ ਅਸੀਂ ਇੱਥੇ ਸ਼ੂਟ ਕਰ ਰਹੇ ਹਾਂ ਇੱਥੇ ਇੱਕ ਅਸੀਂ ਸ਼ੂਟ ਕੀਤਾ ਗਾਣਾ ਮਿਸਯੂ ਦਾ ਪਾਰਟ ਕੁਛ ਕੁਛ ਇਧਰ ਉਧਰ ਕੀਤਾ ਸੀਗਾ ਨੱਚ ਨੱਚਦਾ ਪਾਰਟ ਹੁਣ ਵੀ ਉਵੇਂ ਹੀ ਬੜਕਾਉਣ ਲੱਗੇ ਆ ਤੇ ਕਰਦੇ ਆ ਕਾਰਵਾਈ ਓਕੇ ਜੀ ਥੈਂਕ ਯੂ ਸੋ ਮੱਚ ਮਿਹਰਬਾਨੀ ਲਵ ਯੂ ਅਨਦਰ ਡੋਂਟ ਰੈਂਕੀਏ ਤੇੜਾ ਕਰਨਾ